ਸਤਿ ਸ਼੍ਰੀ ਅਕਾਲ ਜੀ, ਮੈਂ ਡਾਕਟਰ ਮਨਪ੍ਰੀਤ ਸਿੰਘ ਬਿੰਦਰਾ, ਕੈਂਸਰ ਕੇਅਰ ਸੈਂਟਰ ਲੁਧਿਆਣਾ ਤੋਂ, ਇੰਟੀਗ੍ਰੇਟਿਵ ਓਨਕੋਲੋਜਿਸਟ। ਅਸੀਂ ਅੱਜ ਕੁਝ ਗੱਲਾਂ ਕਰਾਂਗੇ ਕੋਰੋਨਾ ਵਾਇਰਸ ਦੇ ਰਿਗਾਰਡਿੰਗ। ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੋਰੋਨਾ ਵਾਇਰਸ ਅਤੇ ਇੱਕ ਆਮ ਫਲੂ ਦੇ ਪੇਸ਼ੈਂਟ ਨੂੰ ਡਿਫਰੈਂਸ਼ੀਏਟ ਕਿਵੇਂ ਕਰਨਾ ਹੈ। ਅੱਜ ਕੱਲ੍ਹ ਹਰ ਕਿਸੇ ਨੂੰ ਇਸੇ ਚੀਜ਼ ਦਾ ਬੜਾ ਡਰ ਬੈਠਾ ਹੋਇਆ ਕਿ ਸ਼ਾਇਦ ਜੋ ਸਿਮਟਮਸ, ਫਲੂ ਵਾਲੇ ਸਿਮਟਮਸ ਆ ਰਹੇ ਨੇ, ਉਹ ਕੋਰੋਨਾ ਵਾਇਰਸ ਤਾਂ ਨਹੀਂ ਹੋ ਸਕਦਾ। ਉਹਦੇ ਰਿਗਾਰਡਿੰਗ ਸਾਨੂੰ ਕੁਝ ਗੱਲਾਂ ਜਿਹੜੀਆਂ ਧਿਆਨ ਦੇ ਵਿੱਚ ਰੱਖਣੀਆਂ ਪੈਣਗੀਆਂ, ਜਿਹਦੇ ਵਿੱਚ ਕੋਰੋਨਾ ਵਾਇਰਸ ਦਾ ਜੋ ਸਟਾਰਟਿੰਗ ਦੇ ਵਿੱਚ ਜੋ ਇਨੀਸ਼ੀਅਲ ਸਿਮਟਮਸ ਆਫਟਰ 5 ਡੇਜ਼ ਜਿਹੜੇ ਪੇਸ਼ੈਂਟ ਨੂੰ ਆਉਂਦੇ ਨੇ, ਹਾਈ ਗ੍ਰੇਡ ਫੀਵਰ, ਡਰਾਈ ਕਫ, ਸੁੱਕੀ ਖਾਂਸੀ, ਤੇਜ਼ ਬੁਖਾਰ ਪਲੱਸ ਸਾਹ ਲੈਣ ਦੇ ਵਿੱਚ ਦਿੱਕਤ, ਅਗਰ ਇਹ ਤਿੰਨੋਂ ਚੀਜ਼ਾਂ ਦਾ ਕੋਂਬੀਨੇਸ਼ਨ ਸਿਮਟਮਸ ਦਾ ਆ ਰਿਹਾ ਹੈ, ਪਲੱਸ ਤੁਹਾਡੀ ਕੋਈ ਟਰੈਵਲ ਹਿਸਟਰੀ ਹੈ, ਜਾਂ ਤੁਹਾਨੂੰ ਲੱਗ ਰਿਹਾ ਕਿ ਤੁਸੀਂ ਕਿਸੇ ਉਸ ਤਰ੍ਹਾਂ ਦੇ ਪੇਸ਼ੈਂਟ ਨੂੰ ਜਾਂ ਉਸ ਤਰ੍ਹਾਂ ਦੇ ਪਰਸਨ ਨੂੰ ਤੁਸੀਂ ਕੰਟੈਕਟ ਦੇ ਵਿੱਚ ਆਏ ਹੋ ਵਿਦਿਨ ਲਾਸਟ 3 to 4 ਵੀਕਸ, ਜਿਹੜਾ ਪੇਸ਼ੈਂਟ ਕੋਰੋਨਾ ਵਾਇਰਸ ਦੇ ਨਾਲ ਇਨਫੈਕਟਡ ਸੀ ਜਾਂ ਸਸਪੈਕਟਡ ਕੇਸ ਸੀ, ਤਾਂ ਉਸ ਕੇਸ ਦੇ ਵਿੱਚ ਤੁਹਾਨੂੰ ਆਪਣੇ ਡਾਕਟਰ ਦੇ ਨਾਲ ਜਾਂ ਜੋ ਵੀ ਲੋਕਲ ਡਿਪਾਰਟਮੈਂਟ ਅਥੋਰਿਟੀਜ਼ ਹੈਗੀਆਂ ਉਹਦੇ ਨਾਲ ਤੁਹਾਨੂੰ ਕੁਛ ਨਾ ਕੁਛ ਕੰਟੈਕਟ ਕਰਕੇ ਇੱਕ ਵਾਰੀ ਆਪਣਾ ਡਰ ਕਲੀਅਰ ਕਰ ਲੈਣਾ ਚਾਹੀਦਾ। ਉਸ ਤੋਂ ਬਾਅਦ ਆਉਂਦਾ ਕਿ ਕੋਰੋਨਾ ਵਾਇਰਸ ਦੇ ਨਾਲ ਡੀਲ ਕਰਨ ਦੇ ਟਾਈਮ 'ਤੇ ਅਸੀਂ ਪ੍ਰੀਕੋਸ਼ਨਸ ਕੀ ਲੈਣੀ ਹੈ। ਪ੍ਰੀਕੋਸ਼ਨਸ ਦੇ ਵਿੱਚ ਸਭ ਤੋਂ ਪਹਿਲੀ ਗੱਲ ਆਉਂਦੀ ਕਿ ਸੋਸ਼ਲ ਡਿਸਟੈਂਸਿੰਗ। ਸੋਸ਼ਲ ਡਿਸਟੈਂਸਿੰਗ ਆਲਰੇਡੀ ਸਾਡੀਆਂ ਗੌਰਮੈਂਟ ਅਥੋਰਿਟੀਜ਼ ਨੇ ਸਾਨੂੰ ਗਾਈਡਲਾਈਨਸ ਇਸ਼ੂ ਕੀਤੀਆਂ ਹੋਈਆਂ ਨੇ ਕਿ ਘਰ ਦੇ ਵਿੱਚ ਰਹਿਣਾ, ਬਿਨਾਂ ਕਿਸੇ ਲੋੜ ਤੋਂ, ਕਿਸੇ ਅਸੈਂਸ਼ੀਅਲ ਕਮੋਡਿਟੀ ਤੋਂ ਜਾਂ ਬਿਨਾਂ ਕਿਸੇ ਅਸੈਂਸ਼ੀਅਲ ਮੈਡੀਕਲ ਸਰਵਿਸ ਤੋਂ ਘਰ ਤੋਂ ਬਾਹਰ ਨਹੀਂ ਜਾਣਾ। ਦੂਸਰੀ ਗੱਲ ਆਉਂਦੀ ਹੈ ਕਿ ਅਸੀਂ ਅਗਰ ਘਰ ਦੇ ਵਿੱਚ ਵੀ ਰਹਿ ਰਹੇ ਹਾਂ ਤਾਂ ਸਾਨੂੰ ਕੋਸ਼ਿਸ਼ ਇਹ ਕਰਨੀ ਚਾਹੀਦੀ ਕਿ ਸੋਸ਼ਲ ਡਿਸਟੈਂਸਿੰਗ ਮੇਨਟੇਨ ਕਰੀਏ ਔਰ ਆਪਣਾ ਮੂੰਹ ਢੱਕ ਕੇ ਰੱਖੀਏ। ਅਗਰ ਘਰ ਦੇ ਵਿੱਚ ਕਿਸੇ ਨੂੰ ਹਲਕਾ ਫੁਲਕਾ ਕੋਮਨ ਫਲੂ ਦੇ ਸਿਮਟਮਸ ਆ ਰਹੇ ਨੇ ਤਾਂ ਕੋਸ਼ਿਸ਼ ਇਹ ਕਰੋ ਕਿ ਉਹਨਾਂ ਨੂੰ ਆਪਣੇ ਤੋਂ ਥੋੜ੍ਹਾ ਜਿਹਾ ਆਈਸੋਲੇਟ ਕਰਕੇ ਰੱਖੋ। ਦੂਸਰੀ ਚੀਜ਼ ਸਭ ਤੋਂ ਇੰਪੋਰਟੈਂਟ ਜਿਹੜੀ ਹੈਗੀ ਕਿ ਹੈਂਡ ਵਾਸ਼। ਅਸੀਂ ਪ੍ਰੋਪਰਲੀ ਆਪਣੇ ਜਿਹੜਾ ਹੈਂਡ ਵਾਸ਼ ਵਾਲੀ ਹਾਈਜੀਨ ਨੂੰ ਮੇਨਟੇਨ ਕਰੀਏ ਅਤੇ ਵਾਰ ਵਾਰ ਸਾਬਣ ਦੇ ਨਾਲ ਮਿਨੀਮਮ 20 ਸੈਕਿੰਡਸ ਦੇ ਲਈ ਆਪਣੇ ਹੈਂਡ ਵਾਸ਼ ਕਰੀਏ। ਜਿੰਨੀ ਵਾਰ ਵੀ ਅਸੀਂ ਬਾਹਰੋਂ ਕੋਈ ਚੀਜ਼ ਅੰਦਰ ਲੈ ਕੇ ਆਉਂਦੇ ਹਾਂ ਜਾਂ ਆਪਣੇ ਗੇਟ ਨੂੰ ਹੱਥ ਲਗਾਉਂਦੇ ਹਾਂ ਜਾਂ ਜਿਹੜੀਆਂ ਚੀਜ਼ਾਂ 'ਤੇ ਵਾਰ ਵਾਰ ਬਾਕੀਆਂ ਦੇ ਹੱਥ ਲੱਗਦੇ ਨੇ, ਤਾਂ ਕੋਸ਼ਿਸ਼ ਇਹ ਕਰੋ ਕਿ ਉਹ ਚੀਜ਼ ਨੂੰ ਅਸੀਂ ਹਾਈਜੀਨ ਨੂੰ ਮੇਨਟੇਨ ਕਰਕੇ ਰੱਖੀਏ। ਸੋਸ਼ਲ ਐਟੀਕੇਟਸ। ਸੋਸ਼ਲ ਐਟੀਕੇਟਸ ਦੇ ਵਿੱਚ ਕੀ ਆਉਂਦਾ ਹੈ ਕਿ ਅਸੀਂ ਅਗਰ ਕਿਸੇ ਨੂੰ ਖਾਂਸੀ, ਜ਼ੁਕਾਮ, ਛਿੱਕਾਂ ਦੀ ਪ੍ਰੋਬਲਮ ਆ ਰਹੀ ਹੈ ਐਜ਼ ਅ ਕੋਮਨ ਫਲੂ ਆਲਸੋ, ਤਾਂ ਕੋਸ਼ਿਸ਼ ਇਹ ਕਰਨਾ ਕਿ ਉਹਨੂੰ ਅਸੀਂ ਟਿਸ਼ੂ ਪੇਪਰ ਦੇ ਉੱਪਰ ਜਾਂ ਆਪਣੇ ਰੁਮਾਲ ਦੇ ਉੱਪਰ ਸਨੀਜ਼ ਕਰਨਾ ਜਾਂ ਕਫ ਕਰਨਾ, ਤਾਂ ਉਸ ਤੋਂ ਬਾਅਦ ਉਹਨੂੰ ਪ੍ਰੋਪਰਲੀ ਡਿਸਪੋਜ਼ ਆਫ ਕਰਨਾ ਜਾਂ ਵਾਸ਼ ਕਰ ਲੈਣਾ। ਐਜ਼ ਸਪੋਜ਼ ਅਗਰ ਅਸੀਂ 4 ਲੋਕ ਬੈਠੇ ਹੋਏ ਹਾਂ ਤਾਂ ਸਾਨੂੰ ਇਮੀਡੀਏਟਲੀ ਸਨੀਜ਼ਿੰਗ ਹੋ ਰਹੀ ਹੈ ਜਾਂ ਕਫ ਹੋ ਰਹੀ ਹੈ, ਤਾਂ ਕੋਸ਼ਿਸ਼ ਇਹ ਕਰੋ ਕਿ ਉਹਨੂੰ ਜਾਂ ਤਾਂ ਆਪਣੇ ਟਿਸ਼ੂ ਪੇਪਰ ਦੇ ਉੱਪਰ ਸਨੀਜ਼ ਕਰੋ ਜਾਂ ਕਫ ਕਰੋ, ਜਾਂ ਕੋਸ਼ਿਸ਼ ਕਰੋ ਕਿ ਇਮੀਡੀਏਟਲੀ ਅਸੀਂ ਆਪਣੇ ਆਮ ਦੇ ਉੱਪਰ ਉਹਨੂੰ ਲੈ ਲਈਏ ਤਾਂ ਕਿ ਜਿਹੜੀ ਸ਼ਰਟ ਹੈਗੀ ਉਹ ਬਾਅਦ ਦੇ ਵਿੱਚ ਅਸੀਂ ਚੇਂਜ ਕਰ ਸਕਦੇ ਹਾਂ। ਔਰ ਲਾਸਟ ਐਂਡ ਦਾ ਮੋਸਟ ਇੰਪੋਰਟੈਂਟ ਥਿੰਗ ਇਸ ਕਿ ਅੱਜ ਕੱਲ੍ਹ ਕੁਛ ਜਿਹੜੀਆਂ ਸੋਸ਼ਲ ਮੀਡੀਆ ਦੇ ਉੱਪਰ ਸਰਕੂਲੇਸ਼ਨਸ ਹੋ ਰਹੀਆਂ ਨੇ ਕਿ ਅਸੀਂ ਆਪਣੀ ਸੈਲਫ ਮੈਡੀਕੇਸ਼ਨ ਸ਼ੁਰੂ ਕਰ ਦਿੱਤੀਆਂ ਨੇ ਰਿਗਾਰਡਿੰਗ ਕੋਰੋਨਾ ਵਾਇਰਸ ਐਜ਼ ਏ ਪ੍ਰੀਵੈਂਟਿਵ ਜਾਂ ਟ੍ਰੀਟਮੈਂਟ ਦੇ ਪਰਪਸ ਨਾਲ, ਤਾਂ ਮੇਰੀ ਸਾਰਿਆਂ ਨੂੰ ਰਿਕੁਐਸਟ ਹੈ ਕਿ ਕਿਸੇ ਤਰ੍ਹਾਂ ਦੀ ਵੀ ਸੈਲਫ ਮੈਡੀਕੇਸ਼ਨ ਕਿਸੇ ਨੇ ਨਹੀਂ ਕਰਨੀ। ਕਿਸੇ ਨੂੰ ਕੋਈ ਕਿਸੇ ਤਰ੍ਹਾਂ ਦਾ ਸਿਮਟਮ ਜਾਂ ਕੋਈ ਡਾਊਟ ਰੇਜ਼ ਹੁੰਦਾ ਤਾਂ ਕੋਸ਼ਿਸ਼ ਇਹ ਕਰੋ ਕਿ ਆਪਣੇ ਕੰਸਰਨ ਡਾਕਟਰ ਦੇ ਨਾਲ ਜਾਂ ਹੈਲਥ ਓਫੀਸ਼ਲਸ ਦੇ ਨਾਲ ਇਮੀਡੀਏਟਲੀ ਕੰਟੈਕਟ ਕਰੋ। ਘਰ ਦੇ ਵਿੱਚ ਰਹੋ, ਸੁਰੱਖਿਅਤ ਰਹੋ। ਥੈਂਕ ਯੂ।